बाबा लाल दयाल बोल सच्चे दरबार की जय। सच्चे ਧਿਆਨਪੁਰ ਤੋਂ ਬਾਬਾ ਜੀ ਆਪ ਆ ਰਹੇ ਨੇ ਇੱਥੇ ਯਾਤਰਾ ਕੱਢਣ। ਮੇਰਾ ਕਈ ਵਾਰ ਰੰਧਾਵਾ ਸਾਹਿਬ ਦੇ ਨਾਲ ਜਾਣ ਦਾ ਮੌਕਾ ਮਿਲਿਆ। ਧਿਆਨਪੁਰ ਬੜੀ ਆਸਥਾ ਹੈ ਲੋਕਾਂ ਦੀ ਉੱਥੇ, ਪਰ ਮੇਰੇ ਗੁਰਦਾਸਪੁਰ ਤੋਂ ਬਹੁਤ ਸੰਗਤ ਵੀ ਉੱਥੇ ਜਾਂਦੀ ਆ, ਔਰ ਮੈਂ ਵੀ ਕਾਫੀ ਵਾਰ ਗਿਆ। ਔਰ ਜਦੋਂ ਸੰਤ ਮਹਾਂਪੁਰਸ਼ ਆਪ ਚੱਲ ਕੇ ਜੇ ਸ਼ਹਿਰ 'ਚ ਯਾਤਰਾ ਕੱਢਦੇ ਆ, ਬੜੀ ਵਧੀਆ ਗੱਲ ਹੈ। ਪਿਆਰ ਵੀ ਵੱਧਦਾ ਲੋਕਾਂ ਦਾ, ਔਰ ਸੰਗਤ ਦੇ ਰੂਪ 'ਚ ਯਾਤਰਾ ਪਰਿਕਰਮਾ ਕਰ ਰਹੇ ਆ। ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਜਿਹੜੀ ਯਾਤਰਾ ਇਹ ਪੈਦਲ ਕੱਢ ਰਹੇ ਨੇ, ਜਿਹੜੀ ਸਹੀ ਹਾਜ਼ਰੀ ਗੁਰੂ ਦੇ ਚਰਨਾਂ ਦੇ ਵਿੱਚ ਲੱਗੇ, ਔਰ ਸਾਰੇ ਲੋਕਾਂ ਦੇ ਵਿੱਚ ਪਿਆਰ ਇਤਫਾਕ ਵਧੇ, ਔਰ ਸਾਰੇ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਹਰ ਪਰਿਵਾਰ 'ਚ ਸੁੱਖ ਸ਼ਾਂਤੀ ਖੁਸ਼ੀਆਂ ਜਿਹੜੀਆਂ ਪਰਮਾਤਮਾ ਦੇਵੇ। ਸੋ ਮੈਂ ਸਾਰੇ ਹੀ ਗੁਰਦਾਸਪੁਰ ਵਾਸੀਆਂ ਨੂੰ ਖਾਸ ਤੌਰ 'ਤੇ ਮੁਬਾਰਕਬਾਦ ਦਿੰਦਾ, ਜਿਹੜੇ ਜਿਹੜੇ ਵੀ ਯਾਤਰਾ 'ਚ ਸ਼ਾਮਿਲ ਹੋਏ ਨੇ, ਔਰ ਜਿਹੜੇ ਘਰਾਂ 'ਚ ਵੀ ਬੈਠੇ ਉਹਨਾਂ ਨੂੰ ਵੀ ਕਹਾਂਗਾ ਕਿ ਇਸ ਯਾਤਰਾ ਦਾ ਜਿਹੜਾ ਹਿੱਸਾ ਬਣੋ। ਬਹੁਤ ਬਹੁਤ ਧੰਨਵਾਦ, ਔਰ ਬਾਬਾ ਜੀ ਦਾ ਗੁਰਦਾਸਪੁਰ ਦੇ ਆਉਣ 'ਤੇ ਦਿਲ ਦੀਆਂ ਅਗਰਾਈਆਂ ਤੋਂ ਸੰਗਤ ਦੇ ਰੂਪ 'ਚ ਅਸੀਂ ਵੈਲਕਮ ਕਰਦੇ ਹਾਂ। ਨਾਲ ਹੀ ਸਾਡੇ ਸੁਮਿਤ ਕਾਲੀ ਜੀ ਜਿਹੜੇ ਹਰ ਤਰ੍ਹਾਂ ਦੇ ਪ੍ਰਧਾਨ ਨੇ ਸਾਡੇ, ਮੇਰੇ ਵੀ ਪ੍ਰਧਾਨ ਹੀ ਨੇ, ਔਰ ਨੰਨੇ ਜੀ ਹੋਣੀ ਸਾਰੇ, ਇਹਨਾਂ ਦੀ ਟੀਮ ਬੜੀ ਵੱਡੀ ਆ। ਔਰ ਹਮੇਸ਼ਾ ਮੈਂ ਦੇਖਿਆ ਕਿ ਜਿਹੜੇ ਵੀ ਸਮਾਜਿਕ ਕਾਰੇ ਹੁੰਦੇ ਆ ਉਹਦੇ 'ਚ ਬੜੇ ਧੂਮਧਾਮ ਦੇ ਨਾਲ ਇਹ ਆਪ ਦਿੱਲੀ ਇੱਛਾ ਦੇ ਨਾਲ ਪਹੁੰਚਦੇ ਨੇ, ਔਰ ਅੱਜ ਵੀ ਇਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇੱਥੇ ਲੰਗਰ ਲਾ ਕੇ ਕੁਰਸੀਆਂ ਲਾ ਕੇ ਸਾਰੀ ਸੰਗਤ ਨੂੰ ਇੱਥੇ ਇਕੱਠਾ ਕਰਕੇ ਔਰ ਆਪਣੀ ਜਿਹੜੀ ਆ ਹਾਜ਼ਰੀ ਭਰੀ ਆ। ਸੋ ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਵੀ ਬਲ ਬਖਸ਼ੇ ਕਿ ਜਿਹੜੇ ਬਾਕੀ ਸੰਗਤ ਦਾ ਵੀ ਜਿਹੜਾ ਚਾਨਣ ਨਜ਼ਾਰਾ ਬਣ ਕੇ ਉਹਨਾਂ ਨੂੰ ਇੱਕ ਅੱਛੀ ਸੇਧ ਦਿੰਦੇ ਨੇ, ਔਰ ਰਾਹੇ ਬਗਾਹੇ ਵੈਸੇ ਵੀ ਇਹ ਲੋਕਾਂ ਦੀ ਜਿਹੜੀ ਸੇਵਾ ਕਰਦੇ ਰਹਿੰਦੇ ਨੇ। ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹ ਸੰਗਤ ਦੇ ਰੂਪ 'ਚ ਇੱਥੇ ਸਾਰੇ ਆਏ ਆ। ਕਾਲੀ ਜੀ ਦਾ ਅਤੇ ਇਹਨਾਂ ਦੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਗੁਰਦਾਸਪੁਰ ਵਿੱਚ ਬਾਬਾ ਲਾਲ ਦਿਆਲ ਜੀ ਦੀ ਅੱਜ ਸ਼ੋਭਾ ਯਾਤਰਾ ਦਾ ਅੱਜ ਆਗਮਨ ਸੀ, ਅਤੇ ਸਾਨੂੰ ਸੁਭਾਗ ਮਿਲਿਆ ਸ਼ਿਵਭੂਮੀ ਸੇਵਾ ਸਮਿਤੀ ਨੂੰ ਕਿ ਅਸੀਂ ਉਹਨਾਂ ਦਾ ਸਵਾਗਤ ਜੀ ਆਇਆਂ ਨੂੰ ਕਹਿ ਸਕੀਏ। ਬੜੇ ਕਰਮਾਂ ਵਾਲੇ ਭਾਗਾਂ ਵਾਲੇ ਆ, ਸਾਡੇ ਨਾਲ MLA ਸਾਹਿਬ ਵੀ ਆਏ, ਉਸ ਤੋਂ ਵਧੀਆ ਹੋਰ ਹੋ ਗਿਆ। ਫਿਰ ਅਸੀਂ ਉਹਨਾਂ ਨਾਲ ਅੱਜ ਪੂਰੀ ਫੁੱਲ ਵਰਸ਼ਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ। ਅਸੀਂ ਤਹਿ ਦਿਲ 'ਤੇ ਸਾਰਿਆਂ ਦੇ ਹੀ ਅਸੀਂ ਧੰਨਵਾਦੀ ਹਾਂ, ਅਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਬਲ ਬਖਸ਼ੇ, ਸੁੱਖ ਸ਼ਾਂਤੀ ਬਖਸ਼ੇ। ਜੈ ਹੋ। ਅੱਜ ਗੁਰਦਾਸਪੁਰ ਸ਼ਹਿਰ ਲਈ ਬੜਾ ਖੁਸ਼ੀਆਂ ਭਰਿਆ ਔਰ ਮੁਬਾਰਕ ਦਿਨ ਹੈ ਕਿ ਅੱਜ ਭਵਯ ਗੁਰੂ ਦਰਸ਼ਨ ਸਮਾਰੋਹ ਜਿਹੜਾ ਉਹ ਗੁਰਦਾਸਪੁਰ ਦੇ ਵਿੱਚ ਉਹਦਾ ਆਯੋਜਨ ਕੀਤਾ ਗਿਆ, ਔਰ ਅੱਜ ਸਾਡੇ ਬਾਬਾ ਜੀ ਜਿਹੜੇ ਧਿਆਨਪੁਰ ਗੱਦੀ ਤੋਂ ਅੱਜ ਇੱਥੇ ਤਸ਼ਰੀਫ ਲੈ ਕੇ ਆ ਰਹੇ ਨੇ, ਸੰਗਤ ਦੇ ਵਿੱਚ ਬਹੁਤ ਉਤਸ਼ਾਹ ਅਤੇ ਖੁਸ਼ੀਆਂ ਦੀ ਲਹਿਰ ਹੈ। ਮੈਂ ਸਮਝਦਾ ਵੀ ਇਹ ਜਿਹੜੀ ਸਾਡੀ ਧਿਆਨਪੁਰ ਦੀ ਗੱਦੀ ਆ, ਇਹ ਬਹੁਤ ਪ੍ਰਾਚੀਨ ਔਰ ਪੁਰਾਣੇ ਇਸ ਇਲਾਕੇ ਦੀ ਗੱਦੀ ਆ, ਜਿੱਥੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੀ ਸ਼ਰਧਾ ਜਿਹੜੀ ਆ ਇਹਦੇ ਨਾਲ ਜੁੜੀ ਆ, ਔਰ ਹਰ ਧਰਮ ਦੇ ਜਿਹੜੇ ਲੋਕ ਨੇ ਇਸ ਗੱਦੀ ਦੇ ਨਾਲ ਆਪਣੀ ਆਸਥਾ ਰੱਖਦੇ ਨੇ, ਔਰ ਉੱਥੋਂ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਅੱਜ ਮੈਂ ਮਿਲ ਕੇ ਸਾਰੀ ਸੰਗਤ ਦੇ ਰੂਪ ਦੇ ਵਿੱਚ ਅੱਜ ਉਹਨਾਂ ਦਾ ਇੱਥੇ ਆਉਣ ਦੇ ਉੱਪਰ ਸਵਾਗਤ ਕਰਦੇ ਹਾਂ, ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਇਲਾਕਾ ਵਾਸੀਆਂ 'ਤੇ ਪਰਮਾਤਮਾ ਦਾ ਆਸ਼ੀਰਵਾਦ ਬਣਿਆ ਰਹੇ, ਔਰ ਇਸੇ ਤਰੀਕੇ ਦੇ ਨਾਲ ਲੋਕ ਰੂਹਾਨੀਅਤ ਦੇ ਨਾਲ ਜੁੜ ਕੇ ਧਰਮ ਕਰਮ ਦੇ ਚੰਗੇ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਚੰਗੇ ਸਮਾਜ ਦੀ ਸਿਰਜਣਾ ਕਰਨ। ਇੱਕ ਵਾਰੀ ਫਿਰ ਮੈਂ ਸਾਰੀ ਸੰਗਤ ਨੂੰ ਔਰ ਖਾਸ ਕਰਕੇ ਜਿਹੜੇ ਸੇਵਕ ਨੇ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਸ ਜੋਤ ਨੂੰ ਅੱਗੇ ਤੱਕ ਲੋਕਾਂ ਤੱਕ ਲੈ ਕੇ ਜਾ ਰਹੇ ਨੇ। ਪਰਮੇਸ਼ੁਰ ਕਿਰਪਾ ਕਰੇ, ਬਹੁਤ ਧੰਨਵਾਦ। ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦੱਸੂਆ, ਜਿੱਥੇ ਆਇਲਸ ਅਤੇ PTE ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।